सब तो पहला सत श्री अकाल सारिआं नूं। ते टाइम हो गया वा 11:30। अज मैं व्लॉग स्टार्ट कीता वा ते डैडी हुणी गए सीगे इत्थे अपनी मोटर ते। ते मोटर ते सवेरे सवेरे अज किन्ना 1.5 घंटा हो गया वा डैडी हुणां नूं सप्प दिखिआ ते सप्प मरिआ होइआ सी पर उस निउला निउला उहनूं मार गिआ ते उह नप्पण जाणा मोटर ते। तुहानूं वी दिखाउणे हैगा सिंपल ही कोई सप्प सी ते उद्दां ही पिआ होइआ मोटर ते। चलो आ गए मोटर ते हुण वेखदे आ सप्प। ओ इह जिहड़ी किन्ने निउले ने मारिआ इह तां बहुत तगड़ा वा। इह किहड़ा दूजा ही आ कफनी आ रही। अच्छा डड्डू खाना आ हैना। किद्दां पता लड़ी दूजा काफी लंबा इहने फड़ लिआ। लापर तैनूं डर नहीं लगदा इहदे तों? मैं सप्प फड़दा रहिआ अग्गे फड़दा हुंदा सी सप्प लापरी दा। ते देखो लापरी ने फड़िया सप्प अज ना खोत्या परे कार इनू दे इधर मेरे उत्ते सिटी आउंदा यार कबल मारदा ना कबलिया। ये की करन दिया बनी दा रख परे बाकुड़ी आया थले गंद हुंदा मोरे ओ ना परे सिट दे ओ गुरुआ जींदा। अजे भी पूछ तो जिंदा वा कि नहीं मरिया पिया तेनू कह नप दे है पागल बेस घोल दा ये किदा ओए पागल आया तेनू असली ते मारो दोल है। नालो नाल अहीं इत्थे मिर्चां नूं पानी भी देना आ शिमला मिर्च दी पनीरी नूं। ਇਹ ਜਿੰਦਾ ਸੀਗਾ ਤੇ ਅਸੀਂ ਇਹਨੂੰ ਹੁਣ ਤਾਂ ਮਾਰਿਆ ਵਾ ਪਤਾ ਨੀ ਅੱਧ ਮਰਾ ਸੀਗਾ ਤੇ ਜੋ ਲਾਪਰੀ ਨੇ ਇੱਥੇ ਰੱਖਿਆ ਨਾ ਉਹਦਾ ਪੂਛ ਹਿਲਾਉਂਦਾ ਸੀਗਾ ਸ਼ਾਇਦ ਅਜੇ ਵੀ ਹਿਲਾਵੇ ਪਤਾ ਨੀ ਅਸੀਂ ਮਾਰਤਾ ਵੈਸੇ ਤਾਂ ਇੱਥੇ ਪਤਾ ਨੀ ਹੁਣ। ਆਹ ਦੇਖੋ ਵੇਖੋ ਜਿੰਦਾ ਸ਼ਾਇਦ ਹਨਾ ਮਰ ਜਾਣਾ ਹੁਣ ਵੈਸੇ ਅਸੀਂ ਤਾਂ ਮਾਰਤਾ ਸੀਗਾ ਤੜਫੇ ਨਾ ਵਿਚਾਰਾ ਇਹਨੇ ਕਿਹੜਾ ਬਚਣਾ ਸੀ। ਮੋਟਰ ਤੇ ਆਹ ਚੀਜ਼ ਦਾ ਬੜਾ ਮਜ਼ਾ ਛਾਵੇਂ ਬਹਿ ਕੇ ਇੱਥੇ ਜਾਣ ਨੂੰ ਨੀ ਜੀ ਕਰਦਾ ਇੱਥੇ ਹਵਾ ਆਉਣ ਡਈ ਸਾਹਮਣੇ ਸਾਨੂੰ ਇੱਥੋਂ ਸਿੱਧੀ ਇੰਨੀ ਹਵਾ ਆਉਂਦੀ ਪਈ ਹੈ ਨਾ ਇੱਥੇ ਬਸ ਨਾ ਜੀਤ ਕਰਦਾ ਇੱਥੇ ਸੌਂ ਜਾਈਏ ਪਰ ਕੰਮ ਕਰਨੇ ਆ ਕੰਮਾਂ ਦਾ ਕਰਕੇ ਫਿਰ ਜਾਣਾ ਹੀ ਪੈਣਾ ਘਰੇ। ਹੁਣ ਸ਼ਾਮ ਦਾ ਸਮਾਂ ਹੋ ਗਿਆ ਵਾ ਵੇਖੋ ਤੇ ਟਾਈਮ ਹਨੇਰਾ ਹੋਣ ਵਾਲਾ ਹੀ ਆ। ਲਾਈਟ ਗਈ ਹੋਈ ਆ 6:09 ਹੋ ਗਏ ਆ ਤੇ ਇੱਧਰ ਦੇਖੋ ਰੋਸਕੋ ਇੱਥੇ ਤੰਗ ਹੀ ਕਰੀ ਜਾਂਦਾ ਸਵਾਲ ਵਾਲੀ ਚੁੱਲ੍ਹੇ 'ਚ ਵੜ ਗਿਆ ਸੀਗਾ ਮੇਬੀ ਉਹ ਉੱਥੇ ਬੈਠੀ ਆ ਤੇ ਇੱਥੇ ਅਸੀਂ ਬਣਾਉਣ ਲੱਗੇ ਅੱਜ ਮੂਲੀਆਂ ਵਾਲੀਆਂ ਰੋਟੀਆਂ। ਮੇਰਾ ਜੀ ਕਰਦਾ ਸੀ ਵੈਸੇ ਤਾਂ ਖਾਣ ਨੂੰ ਤੇ ਥੋੜ੍ਹੀਆਂ ਜਿਹੀਆਂ ਮੂਲੀਆਂ ਲਿਆਇਆ ਸੀ 4 ਕੱਦੂਕਸ਼ ਕੀਤੀਆਂ ਹੋਈਆਂ ਵਾ ਤੇ ਚਲੋ ਬਣਾਉਣੇ ਆ। ਰੋਸਕੋ ਤੰਗ ਬਹੁਤ ਕਰਦਾ ਸੀਗਾ ਤੇ ਮੈਂ ਉਹਨੂੰ ਉਹ ਦੇਖੋ ਉੱਥੇ ਬੰਨਤਾ ਵਾ ਹੁਣ ਜਿਮ ਲਾਉਣ ਲੱਗਾ ਅੱਜ ਰੋਸਕੋ ਮੈਂ ਡੰਬਲਾਂ ਨਾਲ ਹੀ ਬੰਨਤਾ ਬੈਠਾ ਰਹੂਗਾ ਉੱਥੇ। ਮੰਮੀ ਬੜਾ ਹਿਸਾਬ ਆ ਮੰਮੀ ਨੂੰ ਰੋਟੀਆਂ ਪਕਾਉਣ ਦਾ ਬੜੀ ਸੋਹਣੀ ਰੋਟੀ ਪੱਕੀ ਹੈ ਨਾ ਵਾਹ। ਹੁਣ ਰੋਟੀ ਖਾ ਲਈਏ ਇੱਥੇ ਤੇ ਜੀ ਕਰਦਾ ਸੀ ਰੋਟੀ ਖਾਣੇ ਕੋਲ ਲੈਟ ਹੀ ਨਹੀਂ ਆਈ ਲੈ ਹਨੇਰਾ ਬਹੁਤ ਆ ਸਾਰੇ ਦੇਖਾਉਣਾ ਮੈਂ ਤੁਹਾਨੂੰ ਤੇ 4-5 ਘੰਟੇ ਹੋ ਗਏ ਲੈਟ ਗਈ ਨੂੰ ਹਜੇ ਤੱਕ ਨਹੀਂ ਆਈ। ਉਹ ਵੇਖੋ ਰੋਸਕੋ ਕੀ ਵੇਂਹਦਾ ਪਿਆ ਮੈਂ ਉੱਥੇ ਬੰਨ ਆਇਆ ਟਿਕਦਾ ਨਹੀਂ ਪਿਆ ਸੀਗਾ ਅੱਜ ਮੈਂ ਸਪੈਸ਼ਲ ਮੂਲੀ ਲੈ ਕੇ ਆਇਆ ਮੂਲੀਆਂ ਲੈ ਕੇ ਆਇਆ ਸੀ 4 ਮੈਂ ਆਪਦੇ ਲਈ ਪਕਾਉਣਾ ਪਿਆ ਰੋਟੀਆਂ ਬਾਕੀਆਂ ਲਈ ਤਾਂ ਦੂਜੀਆਂ ਹੀ ਪੱਕੜੀਆਂ ਬਾਕੀ ਜਿੰਨੇ ਖਾਣੀਆਂ ਜੇ ਬਚ ਗਿਆ ਦੂਜੇ ਵੀ ਖਾ ਲੈਣਗੇ ਬੜੀਆਂ ਵਧੀਆ ਪੱਕੀਆਂ ਦੇਖੋ ਵਿੱਚੋਂ ਆਹ ਦੇਖੋ। ਚਲੋ ਮੈਂ ਇੱਥੇ ਹੁਣ ਰੋਟੀ ਖਾ ਲਾਂ ਬੜੀਆਂ ਵਧੀਆ ਪੱਕਣ ਡਈਆਂ ਰੋਟੀਆਂ ਮੈਂ ਇਹਨਾਂ ਨੂੰ ਬਣਾ ਕੇ ਦੇਣ ਲੱਗਾ ਆਂਡਿਆਂ ਨਾਲ ਚੱਲ ਆਪਦਾ ਲੈ ਕੇ ਨਿਕਲੀ ਜਾਓ ਹੁਣ ਸਾਰਿਆਂ ਨੂੰ ਵੰਡ ਦਿੰਦੇ ਆ। ਚਲੋ ਮੰਮੀ ਬਾਕੀ ਡੈਡੀ ਉਹਨਾਂ ਨੂੰ ਦੇ ਦਿਆਂ ਸਫਾਈ ਕਰ ਦਿਓ ਥੋੜਾ ਡੁੱਲ ਗਿਆ ਸੀ ਥੱਲੇ। ਹੇ ਗਾਇਸ ਗੁੱਡ ਮਾਰਨਿੰਗ ਸਾਰਿਆਂ ਨੂੰ ਤੇ ਦੇਖੋ ਮੇਰੀ ਅੱਖ ਦਾ ਕੀ ਹਾਲ ਹੋ ਗਿਆ ਐਲਰਜੀ ਆ ਨਾ ਤੇ ਅੱਖ ਲਾਲ ਆ ਹੁਣ ਤੇ ਇੱਥੇ ਦੇਖੋ ਪੱਕਣ ਡਈਆਂ ਵਾ ਰੋਟੀਆਂ ਲੂਣ ਵਾਲੀਆਂ ਤੇ ਪੱਕੀ ਕੋਈ ਕਢਾਈ ਹਜੇ ਇੱਥੇ ਬੈਠੇ ਜਿਹੜੇ ਆ ਖਾ ਵੀ ਗਏ ਹੁਣ ਮੈਂ ਚਾਹ ਦੇ ਨਾਲ ਰੋਟੀ ਖਾਣ ਲੱਗੇ ਆ ਤੇ ਬਾਬੀ ਹੁਣੀ ਇੱਥੇ ਸਵੇਰੇ ਹੀ ਰੋਟੀਆਂ ਪਕਾਉਣ ਲੱਗ ਪਏ ਅੱਗੇ ਤੇ ਪਕਾਉਂਦੇ ਹੁੰਦੇ
ਤੇ ਅੱਜ ਕੱਲ ਸਗੋਂ ਇੱਥੇ ਬੂਲੀਆਂ ਨੇ ਪਕਾਈਆ ਸੀ ਨਾ ਸਿਲੰਡਰ ਰਾਤ ਦਾ ਇੱਥੇ ਪਿਆ ਇੱਥੇ ਫਿਰ ਲੋੜ ਆ ਲਿਆ ਵੀ ਪਕਾ ਲਿਆ ਕਾਂ 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 ਹੋ ਬੇਬੀ ਕਾਂ ਆਇਆ ਉੱਡ ਗਿਆ ਕਾਂ ਕਾਂ ਇੱਥੇ ਮੂਲੀਆਂ ਲਈਆਂ ਰੋਟੀਆਂ ਪਕਾਈਆਂ ਸੀ ਨਾ ਰਾਤ ਤੇ ਰੋਸਕੋ ਨੇ ਕੀ ਕੀਤਾ ਇੱਥੇ ਬੰਨਿਆ ਸੀ ਰੋਸਕੋ ਨੂੰ ਆ ਵੇਖੋ ਟੋਆ ਵੀ ਪੱਟਿਆ ਇੱਥੇ ਸਾਹਮਣੇ ਟੋਆ ਪੱਟਤਾ ਨਾਲੇ ਤੇ ਨਾਲੇ ਆ ਜਿਹੜਾ ਸੀ ਨਾ ਕਿੱਡਾ ਸੋਹਣਾ ਪੌਦਾ ਆਹ ਵੀ ਖਾ ਗਿਆ ਚਿੱਥ ਗਿਆ ਇਹਨੂੰ ਵੀ ਚੱਪਲਾਂ ਤਾਂ ਚੱਲ ਖਾਂਦਾ ਹੀ ਖਾਂਦਾ ਇਹ ਵੀ ਚਿੱਥ ਗਿਆ ਵੇਖੋ ਪੱਤੇ ਜਿਹੜੇ ਆ ਕਿੱਡੇ ਸੋਹਣੇ ਪੱਤੇ ਸੀ ਪੌਦੇ ਦੇ ਬੜਾ ਸੋਹਣਾ ਲੱਗਦਾ ਹੀ ਖਾ ਗਿਆ ਰਾਤ ਹੀ ਖਾ ਗਿਆ ਤੂੰ ਉਹ ਪੌਦਾ ਸਾਰਾ ਹੀ ਖਾ ਆਇਆ ਹੈਂ ਕਿੰਨਾ ਸੋਹਣਾ ਪੌਦੇ ਨੂੰ ਤੂੰ ਸਾਰੀ ਡੰਡ ਲਾ ਦਿੱਤੀ ਬੜਾ ਸੋਹਣਾ ਸੀ ਉਹ ਬੀਬੀ ਨੇ ਪਹਿਲਾਂ ਵਿਆਹ 'ਚ ਘੁੰਡ ਕੱਢਿਆ ਸੀ ਹੁਣ ਅੱਜ ਫਿਰ ਕੱਢ ਲਿਆ ਹੁਣ ਡੇਢ ਵੱਜ ਗਿਆ ਪੂਰਾ ਅਤੇ ਅਸੀਂ ਹੁਣ ਡੈਡੀ ਤੋਂ ਮੈਂ ਚੱਲੇ ਹਾਂ ਟਰੈਕਟਰ ਦੀ ਬੈਟਰੀ ਲੈਣ ਮੱਲਾਂ ਵਾਲਿਓ ਕਿਉਂਕਿ ਜਿਹੜੀ ਬੈਟਰੀ ਤੋਂ ਬਿਨਾਂ ਹੁਣ ਕਿਉਂਕਿ ਸੀਜ਼ਨ ਆ ਗਿਆ ਝੋਨਾ ਵੱਢਣਾ ਨਾ ਬਾਅਦ 'ਚ ਅਤੇ ਟਰੈਕਟਰ ਬੈਟਰੀ ਤੋਂ ਬਿਨਾਂ ਚੱਲਣਾ ਨਹੀਂ ਤਾਂ ਅਸੀਂ ਬੈਟਰੀ ਲੈਣ ਚੱਲੇ ਸੀਗੇ ਕਿੱਦਾਂ ਹੀ ਨਾ ਉਹ ਇਹਨੂੰ ਜਾਣਾ ਵਾ ਆਹ ਕਿੱਦਾਂ ਕਿੱਧਰ ਜੰਗਲ ਜਿਹੇ 'ਚ ਡੈਡੀ ਨੇ ਇਹ ਕਿੱਧਰ ਜੰਗਲ ਜਿਹੇ 'ਚ ਆ ਗਏ ਆ ਬਾਹਰ ਆ ਬੈਟਰੀ ਬੋਰੇ 'ਚ ਪੈਕ ਕਰਾ ਕੇ ਨਾਲ ਸੇਬ ਲੈ ਆਉਂਦੇ ਚੱਲ ਨਾ ਤੂੰ ਆ ਜਾ ਪਹਿਲਾਂ ਬਾਹਰ ਚਲੋ ਡੈਡੀ ਹੁਣੀ ਤਾਂ ਰਸਤੇ ਵਿੱਚ ਹੀ ਰੁਕ ਗਏ ਹੈਗੇ ਟਰੈਕਟਰ ਦਾ ਰਾਹ 'ਚ ਉੱਥੇ ਦੁਕਾਨ ਸੀਗੀ ਉੱਥੇ ਕੰਮ ਕਰਾਉਣਾ ਸੀ ਬੈਟਰੀ ਬੂਟਰੀ ਪਵਾਉਣੀ ਸੀ ਅਤੇ ਮੈਂ ਆ ਗਿਆ ਘਰੇ ਸਮਾਨ ਸਮੂਨ ਲੈ ਕੇ ਮੈਂ ਵਲੌਗ ਐਡਿਟ ਕਰਨ ਬੈਠਾ ਸੀਗਾ ਬੜਾ ਲੰਬਾ ਸੀਗਾ ਵੈਸੇ ਅਤੇ ਪਰ 5 ਮਿੰਟ ਦਾ ਰਹਿ ਗਿਆ ਸਾਰਾ ਕੱਟ ਕੁੱਟ ਕੇ ਮੈਂ ਕਿਹਾ ਮਤਲਬ ਤੁਹਾਨੂੰ ਨਾ ਬੋਰ ਕਰੀਏ ਵਧੀਆ ਬਣਾਈਏ ਅਤੇ ਦੇਖੋ ਸਿਰਫ 5 ਮਿੰਟ ਦਾ ਰਹਿ ਗਿਆ 40-45 ਮਿੰਟ ਦਾ ਵਲੌਗ 5 ਮਿੰਟ ਦਾ ਹੀ ਰਹਿਣ ਦੇਈਦਾ ਮੰਮੀ ਰਜਾਈਆਂ 'ਤੇ ਬੈਠੀ ਮੰਮੀ ਇਹ ਕਾਹ ਤੋਂ ਰਜਾਈਆਂ 'ਤੇ ਬਹਿ ਗਈ ਇਹ ਵਿਆਹ ਲਈ ਬਿਸਤਰੇ ਦਿੱਤੇ ਸੀਗੇ ਅਤੇ ਉਹ ਵਾਪਸ ਕਰਕੇ ਗਏ ਟਰਾਲੀ 'ਤੇ ਅਤੇ ਹੁਣ ਚਾਹ ਬਣੀ ਹੋਈ ਆ ਮੰਮੀ ਨੇ ਹੁਣ ਪੀਣੇ 10 ਗਲਾਸ ਤੇ ਆਪਾਂ ਹੁਣ ਜਾਣਾ ਵਾ ਬਾਅਦ 'ਚ ਝੋਨਾ ਵੱਢਣ ਲਈ ਡੈਡੀ ਕਦੋਂ ਕੋਣੀ ਮਸ਼ੀਨ ਪੁੱਲਾ ਕੀ ਲੱਗਣੀ ਆ ਤੁਸੀਂ ਪਾਓ ਆਟਾ ਪਾਓ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਹੁਣ ਰੋਸਕੋ ਨੇ ਬੜਾ ਜ਼ਿਆਦਾ ਭਜਾਇਆ ਅਤੇ ਹੁਣ ਆਪਣੇ ਲੱਗਣੀ ਆ ਮਸ਼ੀਨ ਝੋਨਾ ਵੱਢਣਾ ਅੱਜ ਅਤੇ ਅੱਧੇ ਘੰਟੇ ਘੰਟੇ ਕਿਹਨੂੰ ਲੱਗੂਗੀ ਅਤੇ ਹੁਣ ਆਪਾਂ ਚਲਾਵਾਂਗੇ ਅੱਜ ਜਾਵਾਂਗੇ ਦਾਤਰੀਆਂ ਨਾਲ ਬੰਨੇ ਬੁੰਨੇ ਵੱਢਾਂਗੇ ਅਤੇ ਝੋਨਾ ਵੱਢਾਂਗੇ ਅੱਜ ਇੱਕ ਉੱਦਾਂ ਬਹੁਤ ਜ਼ਿਆਦਾ ਐਲਰਜੀ ਆ ਅਤੇ ਇੱਕ ਮੇਰੀ ਅੱਖ 'ਚ ਭੱਬੂ ਪੈ ਗਿਆ ਰਾਹ 'ਚ ਮੱਛਰ ਪੈ ਗਿਆ ਉਹਦੇ ਨਾਲ ਲਾਲ ਹੋ ਗਈ ਆ ਅਤੇ ਹੁਣ ਇੱਕ ਕੰਮ ਕਰਨਾ ਪੈਣਾ ਬੜਾ ਔਖਾ ਰੜਕ ਪੈਣ ਡਈ ਯਾਰ ਇੱਕ ਉੱਪਰੋਂ ਕੰਮ ਅੱਜ ਇਹਨੂੰ ਸਾਰੇ ਬੰਨੇ ਵੱਢਣੇ ਪੈਣੇ ਕਿਉਂਕਿ ਮੇਰੀ ਅੱਖ ਹੀ ਖਰਾਬ ਹੋ ਗਈ ਅੱਖ 'ਚੋਂ ਘੱਟਾ ਪੈ ਗਿਆ ਹੋਰ ਕੰਮ ਖਰਾਬ ਹੋ ਜਾਣਾ ਚੱਲ ਇਹ ਬੰਨੇ ਵੱਢੂ ਅੱਜ ਦੇਖੋ ਮੇਰੀ ਅੱਖ ਦਾ ਹਾਲ ਮੱਛਰ ਪੈ ਗਿਆ ਰਾਹ 'ਚੋਂ ਜਦੋਂ ਮੋਟਰਸਾਈਕਲ ਚਲਾਉਣਾ ਪੈਂ ਬਾਕੀ ਐਲਰਜੀ ਦਾ ਕਰਕੇ ਆ ਮਸ਼ੀਨ ਤਾਂ ਉੱਥੇ ਲੱਗੀ ਹੋਈ ਆ ਮੇਰੇ ਕੋਲ ਨਹੀਂ ਉੱਥੇ ਖੜਿਆ ਜਾਣਾ ਮੈਂ ਚੱਲਿਆ ਵਾਪਸ ਘਰੇ ਮੈਂ ਐਨਕ ਲਾ ਕੇ ਆਊਂਗਾ ਐਨਕ ਨਾਲ ਸੈਟਿੰਗ ਹੋ ਜੂ ਸ਼ਾਇਦ ਥੋੜ੍ਹੀ ਜਿਹੀ ਅੱਜ ਜਦੋਂ ਕਦੀ ਮੇਰੀ ਅੱਖ ਖਰਾਬ ਹੋਈ ਨਾ ਉਦੋਂ ਦਾ ਪਤਾ ਨਹੀਂ ਮੈਂ ਕੀ ਬੋਲੀ ਜਾਂਦਾ ਵਲੌਗ 'ਚ ਅਤੇ ਚਲੋ ਆਪਾਂ ਵਲੌਗ ਦਾ ਐਂਡ ਕਰ ਦਈਏ ਜੇ ਵਧੀਆ ਲੱਗਾ ਵਲੌਗ ਜ਼ਰੂਰ ਕਰਿਓ ਸ਼ੇਅਰ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਮਿਲਾਂਗੇ ਅਗਲੇ ਵਲੌਗ ਦੇ ਵਿੱਚ ਬਾਏ